ਭਾਰਤ ਪਾਕਿਸਤਾਨ ਸਰਹੱਦ ਤੇ ਪੈਂਦੀ ਬੀਓਪ ਰਤਨਖੁਰਦ ਨੇੜੇ ਪਾਕਿਸਤਾਨੀ ਡਰੋਨ ਵੱਲੋਂ ਦੋ ਪੈਕੇਟ ਹੈਰੋਇਨ ਛੁੱਟੀ ਗਈ ਗੁਪਤ ਸੂਚਨਾ ਦੇ ਆਧਾਰ ਤੇ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਇਲਾਕੇ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਦੌਰਾਨ ਅਮ੍ਰਿਤਸਰ ਦੇ ਪਿੰਡ ਰੋੜਾਵਾਲਾ ਨੇੜੇ ਬਾਰ-ਬਾਰ ਖੇਤਾਂ ਵਿੱਚੋਂ ਦੋ ਪੈਕੇਟਾਂ ਵਿੱਚ ਪੈਕ ਕੀਤੀ ਗਈ ਤਕਰੀਬਨ 1 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਖੇਪਨਾਂ ਲੱਗੀ ਹੁਕ ਤੋਂ ਪਤਾ ਲੱਗਦਾ ਹੈ ਕਿ ਇਸ ਨੂੰ ਪਾਕਿਸਤਾਨੀ ਡਰੋਨ ਨੇ ਛੁੱਟਿਆ ਸੀ